ਨਵਜੋਤ ਸਿੰਘ ਸਿੱਧੂ ਜੋ ਕਿ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਜਿਵੇਂ ਕਿ ਕਪਿਲ ਸ਼ੋਅ ਦੇ ਵਿੱਚ ਜਾਂ ਫਿਰ ਆਪਣੇ ਕਿਸੇ ਕੰਮ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ ਪਰ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਹੋਰ ਵੱਡਾ ਧਮਾਕਾ ਕੀਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਆਪਣਾ ਇੱਕ ਚੈਨਲ ਬਣਾਇਆ ਗਿਆ ਪਰ ਉਹਨਾਂ ਦਾ ਇਸ ਤਰ੍ਹਾਂ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ ਸਿੱਧੂ ਨੇ ਵੀਡੀਓ ਵਿੱਚ ਬੋਲਦੇ ਕਿਹਾ ਕਿ ਤੁਸੀਂ ਵੀ ਆਪਣਾ ਆਸ ਤੇ ਵਿਸ਼ਵਾਸ ਨਾ ਛੱਡਿਓ ਅਤੇ ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਆਪਣਾ ਪੰਜਾਬ ਹੀ ਹੈ ਜੋ ਸਭ ਤੋਂ ਵੱਖਰਾ ਹੈ ਅਤੇ ਸਭ ਤੋਂ ਅੱਗੇ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਜੋ ਇਹ ਚੈਨਲ ਜਿੱਤੇਗਾ ਪੰਜਾਬ ਸ਼ੁਰੂ ਕੀਤਾ ਹੈ ਇਹ ਕਿਸੇ ਹੋਰ ਦਾ ਨਹੀਂ ਸਗੋਂ ਤੁਹਾਡਾ ਆਪਣਾ ਚੈਨਲ ਹੈ ਅਤੇ ਨਾਲ ਨਾਲ ਸਿੱਧੂ ਨੇ ਬੋਲਿਆ ਕਿ ਇਸ ਚੈਨਲ ਨਾਲ ਵੀ ਉਹੀ ਜੁੜੇਗਾ ਜੋ ਪੰਜਾਬ ਦੇ ਹੱਕ ਵਿੱਚ ਹੈ ਅਤੇ ਸਿੱਧੂ ਨੇ ਕਿਹਾ ਕਿ ਮੈਂ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਸਕਦਾ ਹੈ ਅਤੇ ਮੈਂ ਉਸਦੀ ਪ੍ਰੋਬਲਮ ਦਾ ਵੀ ਹੱਲ ਕਰਾਂਗਾ ਆਖਿਰ ਹੋਰ ਕੀ ਬੋਲ ਰਹੇ ਨੇ ਨਵਜੋਤ ਸਿੰਘ ਸਿੱਧੂ ਇਸ ਵੀਡੀਓ ਵਿੱਚ ਤੁਸੀਂ ਵੀ ਸੁਣ ਲਵੋ ਨਮਸਤੇ ਸਲਾਮ ਅਲੈਕੁਮ ਹੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੰਬੇ ਅੰਤਰਾਲ ਦੀ ਚੁੱਪੀ ਤੋਂ ਬਾਅਦ ਦੋਸਤੋ ਚਿੰਤਨ ਆਪਣੇ ਅੰਦਰ ਲੈ ਕੇ ਜਿਹੜਾ ਸਮਾਂ ਚਿੰਤਾ ਚ ਗਿਆ ਕੂੜੇਦਾਨ ਚ ਗਿਆ ਚਿੰਤਨ ਚ ਗਿਆ ਸਮਾਂ ਫੁੱਲ ਦੀ ਤਜੋਰੀ ਚ ਗਿਆ ਤੁਹਾਡੇ ਸਨਮੁੱਖ ਹੋਇਆ ਔਰ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾ ਕਿ ਮੇਰਾ ਰੱਬ ਵੀ ਤੁਸੀਂ ਹੋ ਮੇਰੇ ਮਹਿਰਮ ਵੀ ਤੁਸੀਂ ਹੋ ਮੇਰਾ ਰਹਿਬਰ ਵੀ ਤੁਸੀਂ ਹੋ ਮੇਰਾ ਸਭ ਕੁਛ ਤੁਸੀਂ ਇੰਨੇ ਅੰਤਰਾਲ ਚ ਸੋਚ ਵਿਚਾਰ ਕੇ ਕਲੈਰਿਟੀ ਆਫ ਥਾਟ ਆਈ ਹੈ ਔਰ ਇਹ ਮਨ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਲੋਕਾਂ ਨੇ ਤਾਕਤ ਬਖਸ਼ੀ ਹੁਕਮਰਾਨਾਂ ਨੂੰ ਉਹ ਚਾਰ ਪੰਜ ਬੰਦਿਆਂ ਦੇ ਪਾਵੇ ਨਾਲ ਨਾ ਬੰਨੀ ਜਾਵੇ ਔਰ ਉਹ ਲੋਕਾਂ ਦੇ ਵਾਪਸ ਆਵੇ ਕੋ ਦੀ ਪਾਵਰ ਆਫ ਦ ਪੀਪਲ ਮਸਟ ਰਿਟਰਨ ਟੂ ਦ ਪੀਪਲ ਬਸ ਇਸੇ ਨੇਕ ਨੀਅਤ ਦੇ ਨਾਲ ਕੁਛ ਨੀਤੀਆਂ ਆਪਣੇ ਅੰਦਰ ਉਮੜ ਉਮੜ ਬਾਹਰ ਆਉਂਦੀਆਂ ਇਹ ਸੋਚਿਆ ਵੀ ਕਿਹੜੀ ਇਹੋ ਜਿਹੀ ਥਾਂ ਜਿੱਥੇ ਤਰੋੜ ਮਰੋੜ ਨਾ ਹੋਵੇ ਸੱਚ ਦਾ ਬੋਲਬਾਲਾ ਹੋਵੇ ਔਰ ਗੁਰੂ ਘਰ ਦੀ ਆਵਾਜ਼ ਨੂੰ ਆਪਣੇ ਮੱਥੇ ਗੁਰੂ ਘਰ ਦੀ ਧੂੜੀ ਨੂੰ ਆਪਣੇ ਮੱਥੇ ਲਾ ਕੇ ਉਹ ਪੰਜਾਬ ਦੇ ਹੱਕ ਚ ਬੁਲੰਦ ਕੀਤੀ ਜਾਵੇ ਇਸ ਕਰਕੇ ਇੱਕ ਚੈਨਲ ਜਿੱਤੇਗਾ ਪੰਜਾਬ ਜਿੱਤੇਗਾ ਹਰ ਪੰਜਾਬੀ ਜਿੱਤੇਗੀ ਪੰਜਾਬੀ ਨਾਂ ਰੱਖਿਆ ਚੈਨਲ ਦਾ ਜਿੱਤੇਗਾ ਪੰਜਾਬ ਇਹ ਤੁਹਾਡੇ ਸਨਮੁਖ ਲੈ ਕੇ ਆ ਰਿਹਾ ਇੱਥੋਂ ਹੀ ਤੁਹਾਡੇ ਨਾਲ ਸੰਪਰਕ ਸਾਧੂ ਕਿਉਂਕਿ ਸੰਪਰਕ ਜਦੋਂ ਟੁੱਟਦਾ ਨਾ ਸੰਦੇਹ ਪੈਦਾ ਹੁੰਦਾ ਔਰ ਸੰਦੇਹ ਦੇ ਧਰਾਤਲ ਦੇ ਉੱਤੇ ਵਿਸ਼ਵਾਸ ਪਿਘਲ ਜਾਂਦਾ ਮੇਰੀ ਰਾਜਨੀਤੀ ਆਸ ਤੇ ਵਿਸ਼ਵਾਸ ਪੰਜਾਬ ਦੇ ਲੋਕੋ ਆਸ ਨਾ ਛੱਡਿਓ ਵਿਸ਼ਵਾਸ ਨਾ ਛੱਡਿਓ ਆਪਣਾ ਇਤਿਹਾਸ ਗੁਰੂਆਂ ਪੀਰਾਂ ਪੈਗੰਬਰਾਂ ਦਾ ਆਦਿ ਅਨੰਤ ਦਰਬਾਰ ਸਾਹਿਬ ਆਪਣੀ ਤਾਕਤ ਹੈ ਜਿੱਥੇ ਇਹੋ ਜਿਹੀ ਸੇਧ ਹੋਵੇ ਜਿੱਥੇ ਇਹੋ ਜਿਹਾ ਗੌਰਵਮਈ ਇਤਿਹਾਸ ਹੋਵੇ ਉੱਥੇ ਨਿਰਾਸ਼ਾ ਨਹੀਂ ਉੱਥੇ ਆਸ ਵਿਸ਼ਵਾਸ ਬਸ ਇੰਨਾ ਹੀ ਕਹਿਣਾ ਕਿ ਚੰਦਰਮਾ ਆਪਣੀਆਂ ਕਲਾਵਾਂ ਨਸ਼ਟ ਕਰਕੇ ਦੁਬਾਰਾ ਫੇਰ ਸਿਰਜਣ ਕਰਕੇ ਪੂਰਨਿਮਾ ਦੇ ਰੂਪ ਚ ਆਉਂਦਾ ਹੈ ਪਤਝੜ ਫਿਰ ਬਹਾਰ ਆਉਂਦੀ ਹੈ ਭਗਵਾਨ ਕੀ ਮਾਇਆ ਕਭੀ ਧੂਪ ਕਭੀ ਛਾਇਆ ਇਹ ਉਹੀ ਪੰਜਾਬ ਹੈ ਮਿੱਤਰੋ ਜਿਹੜਾ ਸਭ ਤੋਂ ਵੱਡਾ ਬ੍ਰੈਂਡ ਹੈ ਦੁਨੀਆ ਦਾ ਬ੍ਰੈਂਡ ਪੰਜਾਬ ਜਿਹਨੇ ਗ੍ਰੀਨ ਰੈਵੋਲਿਊਸ਼ਨ ਦਿੱਤੀ ਜਿਹਨੇ ਵਾਈਟ ਰੈਵੋਲਿਊਸ਼ਨ ਦਿੱਤੀ ਜਿਹਦੇ ਯੋਧਿਆਂ ਨੇ ਜਾਂਬਾਜ਼ ਯੋਧਿਆਂ ਨੇ ਇਹ ਲੰਬਰਦਾਰਾਂ ਨੇ ਕੌਮ ਦੇ ਸੂਬੇਦਾਰਾਂ ਨੇ ਪਰਮਵੀਰ ਚੱਕਰ ਸਭ ਤੋਂ ਵੱਧ ਬਹਾਦਰੀ ਦਿਖਾਈ ਅੰਨਦਾਤਾ ਬਣਿਆ ਅੱਜ ਔਖੀ ਘੜੀ ਆਈ ਹੈ
ਤੇ ਇਹ ਤੇ ਸ੍ਰਿਸ਼ਟੀ ਦਾ ਨਿਯਮ ਹੈ ਮਿੱਤਰੋ, ਜਿੱਥੇ ਉਤਾਰ ਹੈ ਉੱਥੇ ਚੜਾਵ ਹੈ, ਜਿੱਥੇ ਚੜਾਵ ਹੈ ਉੱਥੇ ਉਤਾਰ। ਇਸ ਕਰਕੇ ਆਸ ਨਾ ਛੱਡਿਓ, ਗੁਰੂ ਦੇ ਉੱਤੇ ਵਿਸ਼ਵਾਸ ਨਾ ਛੱਡਿਓ, ਪੰਜਾਬ ਫਿਰ ਉਭਰੂਗਾ, ਪੰਜਾਬ ਫਿਰ ਗੌਰਵਮਈ ਬਣੂਗਾ, ਪੰਜਾਬ ਫਿਰ ਅਣਖੀ ਪੰਜਾਬ ਅਲਖ ਜਗਾਉਂਦਾ ਰਹੂਗਾ। ਮੈਂ ਇੰਨੀ ਉਹ ਗੱਲ ਕਹਿਣੀ ਹੈ ਕਿ ਇਹ ਚੈਨਲ ਜਿੱਤੂਗਾ ਪੰਜਾਬ ਤੁਹਾਡਾ ਚੈਨਲ ਹੈ, ਹਰ ਪੰਜਾਬੀ ਦਾ ਚੈਨਲ ਹੈ। ਜਿਹੜਾ ਪੰਜਾਬ ਦੇ ਵੱਲ ਹੈ ਉਹ ਇਸ ਚੈਨਲ ਦੇ ਵੱਲ ਵੀ ਹੋਊਗਾ, ਔਰ ਇਸ ਚੈਨਲ ਦੇ ਉੱਤੇ ਆ ਕੇ ਆਪਣੇ ਵਿਊ ਆਪਣੀ ਗੱਲ ਸਾਰੀ ਦੁਨੀਆਂ ਦੇ ਸਮੱਖ ਰੱਖ ਸਕਦਾ। ਬਸ ਤੋੜੇ ਮੋੜੇ ਕੋਈ ਨਾ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਸਨਮੁੱਖ ਇਸ ਚੈਨਲ ਦੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੂੰਗਾ। ਅਖੀਰ ਦੇ ਵਿੱਚ ਇੰਨੀ ਉਹ ਗੱਲ ਕਹਿਣੀ ਹੈ ਕਿ ਜੇ ਆਈ ਇਹ ਪੱਤਝੜ ਤੇ ਫੇਰ ਕੀ ਹੈ, ਜੇ ਆਈ ਇਹ ਪੱਤਝੜ ਤੇ ਫੇਰ ਕੀ ਹੈ, ਤੂੰ ਅਗਲੀ ਰੁੱਤ ਤੇ ਯਕੀਨ ਰੱਖ, ਮੈਂ ਲੱਭ ਕੇ ਲਿਆਉਣਾ ਕਿਤੋਂ ਕੁਝ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਪਾਪ ਖਤਮ ਖਟੈਕ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।